ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਟਰੈਕਟਰ ਮਾਫੀਆ ਚੈਨਲ 'ਤੇ, ਅਤੇ ਹਾਜ਼ਰ ਹੋਏ ਜੀ ਇੱਕ ਬਹੁਤ ਹੀ ਵਧੀਆ ਜਾਣਕਾਰੀ ਦੇ ਨਾਲ। ਅਤੇ ਜਾਣਕਾਰੀ ਵੀ ਹੈ ਅਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਵੀ ਹੈ ਕਿਸਾਨਾਂ ਦੇ ਲਈ ਕਿ ਮੋਦੀ ਸਰਕਾਰ ਨੇ ਕਣਕ ਦੀ ਫਸਲ ਅਤੇ ਜੌਂ ਦੀ ਫਸਲ ਅਤੇ ਹੋਰ ਵੀ ਕਈ ਦਾਲਾਂ ਦੇ ਸਮਰਥਨ ਮੁੱਲ ਵਿੱਚ ਭਾਰੀ ਵਾਧਾ ਕੀਤਾ ਹੈਗਾ। ਉਸ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ। ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਾਂ ਇਸ ਚੈਨਲ 'ਤੇ ਖੇਤੀਬਾੜੀ ਸੰਦ ਜੇ ਕੋਈ ਵੀਰ ਵੇਚਣਾ ਚਾਹੁੰਦਾ ਤਾਂ ਉਹਦੀਆਂ ਐਡਾਂ ਪਾਉਣੇ ਹੈਗੇ ਆ। ਜੇ ਕੋਈ ਵੀ ਵੀਰ ਚਾਹਵਾਨ ਹੈਗਾ ਤਾਂ ਆਪਣੇ ਸਕਰੀਨ 'ਤੇ ਜਿਹੜਾ ਨੰਬਰ ਆ ਰਿਹਾ ਉਹ ਆਪਣਾ ਵਟਸਐਪ ਨੰਬਰ ਹੈਗਾ, ਅਤੇ ਉੱਥੇ ਆਪਣੇ ਖੇਤੀਬਾੜੀ ਸੰਦ ਦੀਆਂ 3 ਫੋਟੋ ਅਤੇ ਉਸਦਾ ਸਾਰਾ ਬਾਇਓਡਾਟਾ ਲੈ ਕੇ ਆਪਾਂ ਨੂੰ ਭੇਜ ਸਕਦਾ, ਅਤੇ ਅਸੀਂ ਤੁਹਾਡੀ ਐਡ ਜਿਹੜੀ ਆ ਉਹ ਆਪਣੇ ਚੈਨਲ 'ਤੇ ਲਾ ਦੇਵਾਂਗੇ। ਅਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਅੱਜ ਦੀ ਜਿਹੜੀ ਇਹ ਖਬਰ ਹੈਗੀ ਹੈ ਕਿ ਤਿਉਹਾਰਾਂ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ। ਜਾਣਕਾਰੀ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਸਰਕਾਰ ਨੇ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 85 ਰੁਪਏ ਵਧਾ ਕੇ 1925 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈਗਾ। ਇਸ ਪ੍ਰਕਾਰ ਦਾਲਾਂ ਦਾ ਘੱਟੋ ਘੱਟ 325 ਰੁਪਏ ਪ੍ਰਤੀ ਕੁਇੰਟਲ ਤੱਕ ਵਧਾਇਆ ਗਿਆ ਹੈਗਾ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਕਮੇਟੀ ਔਨ ਇਕਨੋਮਿਕਸ ਅਫੇਅਰਸ ਜਾਣੀ ਕਿ CCEA ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਸਰਕਾਰ ਨੇ ਕ੍ਰਿਸ਼ੀ ਐਡਵਾਈਜ਼ਰੀ ਇਕਾਈ CACP ਦੇ ਸੁਝਾਵਾਂ ਅਨੁਸਾਰ CCEA ਨੇ ਫਸਲੀ ਸਾਲ 2019-2020 ਦੀਆਂ ਹੜ੍ਹੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਵਧਾਉਣ ਵਿੱਚ ਮਨਜ਼ੂਰੀ ਦੇ ਦਿੱਤੀ ਸੀ। ਇਹ MSP ਉਹ ਦਰ ਹੈ ਜਿਸ ਵਿੱਚ ਸਰਕਾਰ ਕਿਸਾਨਾਂ ਤੋਂ ਅਨਾਜ ਦੀ ਖਰੀਦਦਾਰੀ ਕਰਦੀ ਹੈ। ਸੂਤਰਾਂ ਅਨੁਸਾਰ CCEA ਨੇ 2019-2020 ਦੀਆਂ ਹੜ੍ਹੀ ਦੀਆਂ ਫਸਲਾਂ ਲਈ ਕਣਕ ਦਾ ਸਮਰਥਨ ਮੁੱਲ 85 ਰੁਪਏ ਪ੍ਰਤੀ ਕੁਇੰਟਲ ਵਧਾ ਕੇ 1925 ਰੁਪਏ ਕਰ ਦਿੱਤਾ ਹੈ। ਪਿਛਲੇ ਸਾਲ ਇਹ 1840 ਰੁਪਏ ਪ੍ਰਤੀ ਕੁਇੰਟਲ ਸੀ। ਜੌਂ ਦਾ ਘੱਟੋ ਘੱਟ ਸਮਰਥਨ ਮੁੱਲ ਵਿੱਚ ਵੀ 85 ਰੁਪਏ ਪ੍ਰਤੀ ਕੁਇੰਟਲ ਵਧਾ ਕੇ 1525 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਦਾਲਾਂ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਨੇ ਮਹਾਂ ਦੀ ਦਾਲ ਦਾ ਘੱਟੋ ਘੱਟ ਸਮਰਥਨ ਮੁੱਲ 325 ਰੁਪਏ ਵਧਾ ਕੇ 4800 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ, ਜੋ ਪਿਛਲੇ ਸਾਲ 4475 ਰੁਪਏ ਪ੍ਰਤੀ ਕੁਇੰਟਲ ਸੀ। ਅਤੇ ਇਸ ਪ੍ਰਕਾਰ ਛੋਲਿਆਂ ਦੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ 255 ਰੁਪਏ ਵਧਾ ਕੇ 4475 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਪਿਛਲੇ ਸਾਲ ਇਸ ਦੀ ਕੀਮਤ 4620 ਰੁਪਏ ਪ੍ਰਤੀ ਕੁਇੰਟਲ ਸੀ। ਇਹ ਸੀਗੀ ਜੀ ਅੱਜ ਦੀ ਆਪਣੀ ਅਹਿਮ ਜਾਣਕਾਰੀ। ਅਤੇ ਕਿਸਾਨ ਵੀਰੋ, ਤੁਸੀਂ ਆਪਣੇ ਸੁਝਾਅ ਜ਼ਰੂਰ ਦੇਣਾ ਕਿ ਜੇ ਜਿਹੜਾ ਫਸਲਾਂ ਵਿੱਚ ਵਾਧਾ ਹੋਇਆ ਇਸ ਨਾਲ ਕਿਸਾਨਾਂ ਦਾ ਕਿੱਥੋਂ ਕੁ ਤੱਕ ਜਿਹੜੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ। ਅਤੇ ਅਸੀਂ ਹਾਜ਼ਰ ਹੁੰਦੇ ਤੁਹਾਡੇ ਲਈ ਕਿਸੇ ਹੋਰ ਨਵੀਂ ਜਾਣਕਾਰੀ ਨਾਲ। ਤਦ ਤੱਕ ਲਈ ਧੰਨਵਾਦ ਵੀਰੋ।